मैं फलजिंदर रत्तू ते तुसी देख रहे हो फैन अंबेडकर टीवी। जिद्दां कि गल कर रहे हैं अज किसान अंदोलन दी, किसान अंदोलन जिहड़ा आ जे गल करिए पंजाब दी, पंजाब तो शुरू होया और अज भारत दा हर एक कोने दा किसान दिल्ली पहुँच रहा है। सो इस मौके दे उत्ते असी लुधियाणा दे विच मौजूद हाँ। तुसी देख सकते हो कि लुधियाणा जो नैशनल हाईवे आ जलंधर बाईपास चौंक दे कोल मौजूद हाँ। असी करीब 12:15 दा टाइम आ, सो 12:15 बजे असी देख रहे हैं कि किसान यूनियन का जो एक जत्था होर दिल्ली नू रवाना हो रहा है। सो साडे नाल बहुत सारे साथी मौजूद आ, गलबात करांगे। पहला की नाम ने भाजी तुहाडा? गुरजीत सिंह जी अपना नाम जी। किहड़े पिंडों आए हो? पिंड जंडियाला मंजकी जी। अज रात का टाइम आ, रात नू किहड़े टाइम तुसी पहुंचण दी तैयारियां कर रहे हो दिल्ली? देखो जी, तैयारियां तो हुण महाराज दीआं दित्तियां होईआं। असीं तां चाहुंदे सी वी साडे नाल आह चीज़ ना आवे तां ना असीं इत्थों बाहर निकलीए, पर गवर्नमेंटा साडियां अजकल कोई सुनवाई नहीं कर रही है। हुण सानू मजबूर हो गया, ठंड के मौसम विच भी सानू निकलना जरूरी हो गया। अज तुसी रात दे टाइम निकल रहे हो कि दिन दे टाइम जाना सही नहीं सी कि रात दे टाइम? वीरा जी टाइम सीगा, पर सानू जिस हिसाब नाल साडी ड्यूटियां लगियां, जिस हिसाब नाल साडी पीछा जा रही, उस हिसाब नाल तुरे जा रहे हैं और साडियां होर भी संगतां मगर नाल दी नाल वध चढ़ के तुरियां जा रहियां इस टाइम। मतलब अगे तुहाडा कॉन्टैक्ट चल रहा कि तुसी इन्ने इन्ने टाइम ते पहुंचना है? हाँ जी वीरा जी, सारा कॉन्टैक्ट चल रहा, सारा कुछ साडा राशन पानी भी साडा चल रहा आ, सारा एक चीज बंदा टाइम दी टाइम अहीं पहुंच रहे आ। किन्ने दिनां लई जा रहे हो वीरा जी? सानू तां इह आ खुल्ला ही सद्दा आ, जिन्ना चिर महाराज ने सानू, अहीं तां कहिंदे सानू उह वेला कर देना ते अहीं आ जाईए, पर जे हुण नहीं वेला करके हो सकदा सानू साल 6 महीने भी उत्थे वारी वारी रहना पवे, अहीं सारे डट के रहांगे उत्थे। फिर राशन दी कोई दिक्कत? कोई दिक्कत नहीं हैगी, महाराज ने सानू बहुत कुछ दित्ता होया आ, परमात्मा सानू इन्ना कु बख्शिया होया, असीं इस चीज़ तों कदी भी ਭੁੱਖੇ ਨਹੀਂ ਮਰ ਸਕਦੇ। ਕਿੰਨੇ ਦਿਨਾਂ ਦਾ ਰਾਸ਼ਨ ਲੈ ਕੇ ਚੱਲੇ ਨਾਲ? ਵੀਰਾ ਸਾਡੇ ਕੋਲ 6 ਮਹੀਨਾ ਕੀ ਸਾਲ ਤੋਂ ਵੀ ਸਾਡੇ ਕੋਲ ਰਾਸ਼ਨ ਵਾਧੂ ਆ, ਔਰ ਜਿੱਦਾਂ ਜਿੱਦਾਂ ਸਾਡੇ ਕੋਲ ਜਾਊਗਾ ਸਾਡਾ ਉਦਾਂ ਉਦਾਂ ਹੀ ਸਾਡੇ ਕੋਲ ਰਾਸ਼ਨ ਹਰ ਟਾਈਮ ਸਾਨੂੰ ਪਹੁੰਚਦਾ ਰਹੂਗਾ। ਅੱਛਾ ਜੀ, ਤੇ ਕੀ ਲੱਗਦਾ ਤੁਹਾਨੂੰ ਕਿ ਚੌਥੇ ਵਾਰ ਦੀ ਜੋ ਮੀਟਿੰਗ ਬੇਸਿੱਟਾ ਰਹੀ ਆ? ਵੀਰਾ ਜੀ ਉਹਨਾਂ ਨੇ ਤਾਂ ਇੱਕ ਸਾਡੇ ਨਾਲ ਸਿਆਸਤ ਧੋਖਾ ਕਰ ਰਹੇ ਆ, ਅਸੀਂ ਤਾਂ ਉਹਨਾਂ ਦਾ ਫੇਰ ਅੱਜ ਕੱਲ੍ਹ ਦੇ ਚੱਲ ਅੱਜ ਨਹੀਂ ਤਾਂ ਕੱਲ੍ਹ ਕਰਨਗੇ, ਪਰ ਵਾਰ ਵਾਰ ਧੋਖੇ ਦੇ ਧੋਖਾ ਕਰੀ ਜਾ ਰਹੇ ਆ। ਉਹਨਾਂ ਨੂੰ ਵੀ ਚਾਹੀਦਾ ਆ ਵੀ ਚਲੋ ਜੇ ਹੁਣ ਸਾਰੀ ਦੁਨੀਆ ਨਹੀਂ ਚਾਹੁੰਦੀ ਹੈਗੀ ਕਿ ਉਹ ਕਾਨੂੰਨ ਆਪਣੇ ਲਈ ਕਰਨਾ ਚਾਹੁੰਦੇ ਆ। ਬਾਈ ਅਗਰ ਗੱਲਬਾਤ ਕਰੀਏ ਤਾਂ ਸਭ ਤੋਂ ਜ਼ਿਆਦਾ ਜੇ ਲੀਡਰ ਪੰਜਾਬ ਦੇ ਵਿੱਚ ਗੱਲ ਕਰਦੇ ਆ ਕਿਤੇ ਕਿਸਾਨ ਔਰ ਕਿਸਾਨਾਂ ਨਾਲ ਹੀ ਧੱਕਾ ਆ ਵੀਰਾ ਜੀ। ਪਹਿਲਾਂ ਤਾਂ ਸਾਡੀਆਂ ਗੌਰਮੈਂਟਾਂ ਨੇ ਸਾਨੂੰ ਡੋਬਿਆ ਆ, ਤੇ ਗੌਰਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਕਿਸਾਨ ਲੀਡਰ ਆ ਨਾ ਵੀਰਾ ਜੀ। ਕਿਸਾਨ ਲੀਡਰ ਦਾ ਜਿਹੜਾ ਲੀਡਰ ਸੀ ਨਾ, ਕਿਸਾਨ ਤਾਂ ਹੁਣ ਬਸ ਹੁਣ ਨਿਕਲੇ ਆ ਬਾਹਰ, ਲੀਡਰਾਂ ਤਾਂ ਪਹਿਲਾਂ ਹੀ ਸਭ ਕੁਝ ਸੈਨ ਹੱਥ ਵੱਢ ਕੇ ਆਰਾਮ ਨਾਲ ਬੈਠੇ ਹੋਏ ਆ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਔਰ ਢੀਂਡਸਾ ਸਾਹਿਬ ਨੇ ਜਿਹੜਾ ਪਦਮ ਭੂਸ਼ਣ ਅਵਾਰਡ ਵਾਪਸ ਕਰ ਦਿੱਤਾ, ਕੀ ਲੱਗਦਾ ਉਹ ਰਾਜਨੀਤੀ ਆ ਕਿ ਕਿਸਾਨਾਂ ਦੇ ਹੱਕ ਦੇ ਲਈ ਆ? ਵੀਰਾ ਜੀ ਇਹ ਤਾਂ ਸਾਡੇ ਨਾਲ ਕਰਮਾਲ ਨਾਲ ਹੰਝੂ ਪੂੰਝਣ ਵਾਲੀ ਗੱਲ ਉਹਨਾਂ ਨੇ ਕੀਤੀ ਆ, ਸਭ ਕੁਝ ਉਹਨਾਂ ਦਾ ਸੈਂਟਰ ਨਾਲ ਸਮਝੌਤੇ ਆ, ਯਾਨੀ ਕਿ ਸਾਡੇ ਕਿਸਾਨਾਂ ਨੂੰ ਤਾਂ ਯਾਨੀ ਕਿ ਉਹਨਾਂ ਨੇ ਇਹ ਸਮਝਿਆ ਵੀ ਸਾਡੇ ਆ ਨਾ ਸਮਝ ਲਓ ਗੁਲਾਮ ਸਮਝਿਆ ਹੋਇਆ ਆ। ਹੁਣ ਜਿੱਦਾਂ ਕਿ ਲਗਾਤਾਰ ਕਿਸਾਨਾਂ ਨੂੰ ਮੀਟਿੰਗਾਂ ਦੇ ਵਿੱਚ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੀਰਾ ਜੀ ਉਹ ਆਪਣਾ ਕਾਨੂੰਨ ਸਮਝਾਉਣਾ ਚਾਹੁੰਦੇ ਆ, ਪਰ ਜਦੋਂ ਹੁਣ ਸਾਡੇ ਸਾਰੇ ਬੰਦੇ ਕਹਿ ਰਹੇ ਆ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ, ਅਸੀਂ ਇਹ ਕਾਨੂੰਨ ਨਾਲ ਨਹੀਂ ਹੈਗਾ, ਉਹ ਵੀ ਸਾਡਾ ਢਾਂਚਾ ਜਿੱਦਾਂ ਸਾਨੂੰ ਚੱਲਦਾ ਆ ਰਿਹਾ, ਤੁਸੀਂ ਸਾਡਾ ਢਾਂਚਾ ਸਾਨੂੰ ਚੱਲਣ ਦਿਓ, ਪਰ ਉਹ ਨਹੀਂ, ਉਹ ਸਿਰਫ ਆਪਣੇ ਜਿਹੜੇ ਵੱਡੇ ਵੱਡੇ ਘਰਾਣੇ ਆ ਉਹ ਘਰਾਣਿਆਂ ਦਾ ਹੀ ਪੱਖ ਪੂਰ ਰਹੇ ਆ। ਲਗਾਤਾਰ ਕਿੰਨੀਆਂ ਕੁ ਟਰਾਲੀਆਂ ਜਾਂਦੀਆਂ ਇਹ ਦਿਹਾੜੀ? ਵੀਰਾ ਜੀ ਕੋਈ ਗਿਣਤ ਨਹੀਂ, ਅਣਗਿਣਤ ਆ, ਰੋਜ਼ ਬੰਦੇ ਜਾਈ ਜਾਂਦੇ, ਰੋਜ਼ ਆਈ ਜਾਂਦੇ, ਜਿਹੜੇ ਬੰਦਿਆਂ ਨੂੰ ਕੰਮ ਉਹ ਆਈ ਜਾਂਦੇ, ਨਵੇਂ ਬੰਦੇ ਜਾਈ ਜਾਂਦੇ ਆ, ਪਰ ਅਸੀਂ ਕਦੀ ਵੀ ਪਿੱਛੇ ਨਹੀਂ ਮੁੜਾਂਗੇ ਜਿੰਨਾ ਚਿਰ ਸਾਡੀ ਉਹ ਇਸ ਬਿੱਲ ਨੂੰ ਵਾਪਸ ਨਹੀਂ ਕਰਦੇ। ਸੋ ਸਾਡੇ ਨਾਲ ਜਿੱਦਾਂ ਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਕਰੀਬ ਰਾਤ ਦਾ 12 ਵਜੇ ਦੇ ਲਾਗੇ ਛਾਗੇ ਟਾਈਮ ਹੋ ਚੁੱਕਾ ਹੈ ਔਰ ਬਹੁਤ ਸਾਰੇ ਸਾਥੀ ਮੌਜੂਦ ਆ। ਤੁਸੀਂ ਕਿਹੜੇ ਪਿੰਡ ਤੋਂ ਭਾਜੀ? ਮੇਰਾ ਭਾਜੀ ਪਿੰਡ ਕਾਨਾਡੇਸੀ ਆਇਆ, ਮੈਂ ਜੰਡਿਆਲਾ ਮੰਜਕੀ ਦੇ ਵੱਲੋਂ ਆਇਆ ਭਾਜੀ ਜੀ। ਕੀ ਤੁਹਾਨੂੰ ਕੀ ਲੱਗਦਾ ਅੱਜ ਤੁਸੀਂ ਉੱਥੇ ਚੱਲੇ ਆ, ਉੱਥੇ ਦਾ ਜੋ ਮਾਹੌਲ ਆ ਤੁਸੀਂ ਖੁਦ ਦੇਖ ਰਹੇ ਆ ਕਿ ਬਾਰਡਰ ਦੇ ਉੱਤੇ ਬਹੁਤ ਦਿੱਕਤ ਹੋ ਰਹੀ ਆ, ਰਾਤ ਦਾ ਠੰਡ ਦਾ ਟਾਈਮ? ਭਾਜੀ ਪੰਜਾਬੀ ਨੇ ਦਿੱਕਤਾਂ ਝੱਲਦੇ ਹੀ ਆਏ ਨੇ, ਇਹ ਜੇ ਠੰਡ ਦੇ ਵਿੱਚ ਨੱਕੇ ਮੋੜਨੇ ਜਾਣਦੇ ਨੇ, ਜੇ ਠੰਡ ਦੇ ਵਿੱਚ ਫਸਲਾਂ ਆਪਣੀਆਂ ਉਗਾਉਣ ਜਾਣਦੇ ਨੇ, ਇਹ ਸਭ ਕੁਛ ਕਰਨਾ ਜਾਣਦੇ ਨੇ। ਕਿੰਨੀ ਕੁ ਉਮਰ ਦੇ ਲੋਕ ਤੁਹਾਡੇ ਨਾਲ ਜਾ ਰਹੇ ਆ, ਬੱਚੇ ਵੀ ਜਾ ਰਹੇ? ਭਾਅ ਜੀ ਬੱਚੇ ਸਾਡੇ ਕੋਲ ਹਿਸਾਬ ਲਾ ਲਓ ਵੀ 17 ਸਾਲ ਤੋਂ ਉੱਪਰ ਨੇ ਸਾਰੇ ਜੀ, ਸਾਡੇ ਕੋਲ 40 ਸਾਲ ਤੱਕ ਬਜ਼ੁਰਗ ਨੇ। ਕਿੰਨੇ ਦਿਨ ਰਹੋਗੇ ਤੁਸੀਂ ਉੱਥੇ? ਜਿੰਨੇ ਦਿਨ ਕਹਿਣਗੇ ਅਸੀਂ ਉਨੇ ਦਿਨ ਰਹਾਂਗੇ, 6 ਮਹੀਨੇ, ਸਾਲ, 2 ਸਾਲ, ਜਿੰਨਾ ਚਿਰ ਸਾਡੇ ਹੱਕ ਨਹੀਂ ਸਾਨੂੰ ਮਿਲਦੇ ਅਸੀਂ ਉਨਾ ਚਿਰ ਉੱਥੇ ਰਹਾਂਗੇ। ਮਤਲਬ ਹੱਕ ਟਰਾਲੀਆਂ 'ਚ ਪਾ ਕੇ ਲੈ ਕੇ ਆਉਂਗੇ? ਬਿਲਕੁਲ ਜੀ ਬਿਲਕੁਲ, ਅਸੀਂ ਆਪਣੇ ਹੱਕ ਆਪਣੇ ਲੈ ਕੇ ਫਿਰ ਘਰਾਂ ਨੂੰ ਮੁੜਾਂਗੇ, ਅਸੀਂ ਉੱਦਾਂ ਘਰ ਨੂੰ ਵਾਪਸ ਨਹੀਂ ਆਉਂਦੇ। ਅਤੇ ਕੀ ਲੱਗਦਾ ਕਿ ਸਰਕਾਰ ਝੁਕਦੀ ਕਿਉਂ ਨਹੀਂ? ਭਾਅ ਜੀ ਗੱਲ ਪਤਾ ਕੀ ਆ, ਹਰ ਇੱਕ ਬੰਦਾ ਇਹ ਸੋਚਦਾ ਹੈ ਕਿ ਉਹਨਾਂ ਨੂੰ ਆਪਣਾ ਫਾਇਦਾ ਦੀਦਾ, ਉਹਨਾਂ ਨੂੰ ਕਿਸਾਨ ਨਹੀਂ ਦੀਦਾ ਮਰਦਾ ਮਿੱਟੀ ਦੇ ਵਿੱਚ। ਅਤੇ ਨਰਿੰਦਰ ਮੋਦੀ ਵੱਲੋਂ ਜੋ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੇ ਹੱਕ ਦੇ ਲਈ ਆ ਇਹ ਜੋ ਕਾਨੂੰਨ ਆ,
ਪਰ ਕਿਸਾਨ ਨਹੀਂ ਸਮਝਦੇ। ਜੇ ਕਿਸਾਨਾਂ ਦੇ ਹੱਕ ਦਾ ਹੁੰਦਾ ਤੇ ਕਿਸਾਨ ਉੱਥੇ ਰੁਲਦੇ ਕਿਉਂ ਭਾਜੀ? 2.5 ਮਹੀਨੇ ਹੋ ਗਏ ਕਿਸਾਨਾਂ ਨੂੰ ਸੜਕਾਂ ਤੇ ਰੁਲਦਿਆਂ ਨੂੰ। ਜੇ ਕਿਸਾਨਾਂ ਦੇ ਹੱਕ ਦਾ ਹੁੰਦਾ ਕਿਸਾਨ ਆਪਣੇ ਘਰ ਬਹਿੰਦੇ। ਤੇ ਅੱਜ ਜਿੱਦਾਂ ਅੱਜ ਦੀ ਜੇ ਅਗਰ ਮੌਜੂਦਾ ਗੱਲ ਕਰੀਏ ਤੇ ਹੁਣ ਤਾਂ ਦਿੱਲੀ ਦੀ ਗੱਲ ਆ, ਦਿੱਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜੋ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤੇ ਗਏ, ਉਹਨਾਂ ਬਾਰੇ ਤੁਹਾਨੂੰ ਕੀ ਲੱਗਦਾ ਕਿ ਰਾਜਨੀਤਿਕ ਜੇ ਲੀਡਰ ਦੀ ਗੱਲ ਕਰੀਏ, ਲੀਡਰ ਜਦੋਂ ਵੋਟਾਂ ਦਾ ਟਾਈਮ ਹੁੰਦਾ ਤੇ ਬਹੁਤ ਸਾਰੇ ਲੀਡਰ ਆਉਂਦੇ ਆ ਤੇ ਉਹਨਾਂ ਧਰਨਿਆਂ ਦੇ ਵਿੱਚ ਦੇਖੀਏ ਤਾਂ ਬਹੁਤ ਇੱਕ ਠੰਡਾ ਜਿਹਾ ਮਾਹੌਲ ਰਿਹਾ ਕਿ ਬੈਠਿਆ ਤਾਂ ਬੈਠੇ ਰਹਿਣ ਦਿਓ ਸਾਈਡ 'ਤੇ। ਭਾਅ ਜੀ ਜਿਹੜੇ ਲੀਡਰ ਨੇ ਨਾ ਉਹਨਾਂ ਨੂੰ ਸਿਰਫ ਵੋਟਾਂ ਦਾ ਕੰਮ ਮਤਲਬ ਆ, ਦੂਜੀ ਵਾਰੀ ਉਹ ਘਰ ਆ ਕੇ ਪੁੱਛਦੇ ਨੇ ਕਿ ਵੀ ਤੁਹਾਨੂੰ ਕੀ ਦਿੱਕਤ ਆ। ਕਿਸੇ ਮਜ਼ਦੂਰ ਨੂੰ ਉਹਨਾਂ ਨੇ ਆ ਕੇ ਪੁੱਛਿਆ ਵੀ ਭਾਈ ਤੇਰੀ ਦਿਹਾੜੀ ਚੱਲਦੀ ਹੈ ਕਿ ਨਹੀਂ ਚੱਲਦੀ? ਖੇਤਾਂ ਦੇ ਥਰੂ, ਕਿਸਾਨਾਂ ਦੇ ਥਰੂ ਸਾਡਾ ਸਾਰਾ ਕੁਛ ਚੱਲਦਾ। ਜੇ ਕਿਸਾਨ ਹੀ ਨਹੀਂ ਹੈਗਾ ਖੁਸ਼ ਤਾਂ ਅਸੀਂ ਕਿੱਥੋਂ ਖੁਸ਼ ਹੋ ਜਾਵਾਂਗੇ? ਸੋ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਹ ਜੋ ਮਾਹੌਲ ਆ, ਰਾਤ ਦਾ ਟਾਈਮ ਆ, ਰਾਤ ਨੂੰ ਕਰੀਬ ਅਸੀਂ ਲੰਘ ਰਹੇ ਸੀਗੇ ਤੇ ਸਾਡੇ ਨਾਲ ਨਾਲ ਜਦੋਂ ਦੇਖਿਆ ਕਿ ਕਿਸਾਨ ਯੂਨੀਅਨ ਦਾ ਇੱਕ ਜੱਥਾ ਜਾ ਰਿਹਾ ਤੇ ਅਸੀਂ ਵੀ ਰੋਕ ਕੇ ਕਵਰ ਕਰਨਾ ਉਹਨੂੰ ਸਹੀ ਸਮਝਿਆ ਤਾਂ ਕਿ ਤੁਹਾਡੇ ਨਾਲ ਸਮੇਂ ਸਮੇਂ ਦੀ ਗੱਲ ਪਹੁੰਚਾਉਂਦੇ ਰਹੀਏ। ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਜ ਜਿਹੜੀ ਜ਼ਾਲਮ ਸਰਕਾਰ ਸਾਡੇ ਹੱਕ ਖੋਹ ਰਹੀ ਆ, ਸੋ ਇਹ ਸਰਕਾਰ ਇੱਕ ਕਿਸਮ ਦੀ ਇਸ ਟਾਈਮ ਤਾਂ ਸਰਕਾਰ ਡਰੀ ਹੋਈ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਦੇਖੋ ਜੀ ਤੁਸੀਂ ਦੇਖ ਸਕਦੇ ਆ ਪਿੱਛੇ ਵੀ ਲੋਕਾਂ ਦੇ ਇੱਕ ਅੰਦਰ ਇੱਕ ਰੋਸ ਆ। ਸੋ ਬਹੁਤ ਸਾਰੀਆਂ ਟਰਾਲੀਆਂ ਟਰੈਕਟਰ ਭਰ ਕੇ ਦਿੱਲੀ ਵੱਲ ਤੁਰੇ ਹੋਏ ਆ ਕਿਉਂਕਿ ਸਾਰਿਆਂ ਨੂੰ ਪੂਰਾ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਜਿੱਤ ਕੇ ਹੀ ਮੁੜਨਗੇ। ਸੋ ਕੀ ਲੱਗਦਾ ਤੁਹਾਨੂੰ ਕਿ ਜੋ ਗੌਰਮੈਂਟ ਆ, ਗੌਰਮੈਂਟ ਵੱਲੋਂ ਪਹਿਲਾਂ CANRC ਦਾ ਮੁੱਦਾ ਲੈ ਕੇ ਮੁਸਲਮਾਨਾਂ ਦੇ ਬਾਰੇ ਕਿਹਾ ਗਿਆ ਕਿ ਮੁਸਲਮਾਨ ਜੋ ਲੋਕ ਆ ਉਹ ਨਹੀਂ ਸਮਝ ਰਹੇ, ਇਹ ਉਹਨਾਂ ਦੇ ਹੱਕ ਦੇ ਲਈ ਆ। GST ਦੇ ਲਈ, ਵਪਾਰੀਆਂ ਦੇ ਲਈ ਕਿਹਾ ਗਿਆ ਕਿ ਵਪਾਰੀ ਨਹੀਂ ਸਮਝਦੇ, GST ਉਹਨਾਂ ਦੇ ਹੱਕ ਲਈ ਆ। ਅੱਜ ਕਿਸਾਨ ਬਿੱਲ ਜਿਹੜਾ ਆ, ਕਿਸਾਨ ਸੜਕਾਂ ਦੇ ਉੱਤੇ ਤੇ ਹਜੇ ਵੀ ਕਹਿ ਰਹੇ ਕਿ ਕਿਸਾਨਾਂ ਦੇ ਹੱਕ ਦੇ ਲਈ ਆ। ਬਿਲਕੁਲ ਤੁਹਾਡੀ ਗੱਲ ਠੀਕ ਆ, ਪਰ ਜੇ ਹੁਣ ਆਪਾਂ ਦੇਖੀਏ ਕੋਈ ਵੀ ਦੇਖੋ ਜੀ ਕੋਈ ਵੀ ਗੱਲ ਆ, ਸੋ ਚਾਹੇ NRC ਦਾ ਉਸ ਟਾਈਮ ਕਾਫੀ ਲੋਕਾਂ ਨੇ ਵਿਰੋਧ ਕੀਤਾ, ਸੋ NRC ਵੀ ਬਹੁਤ ਹੀ ਇੱਕ ਮਾੜਾ ਕਾਨੂੰਨ ਸੀਗਾ ਉਸ ਸਮੇਂ ਦਾ ਜੀ। ਤੇ ਸੋ ਅੱਜ ਵੀ ਜਿਹੜਾ ਇਹ NRC ਦੇ ਇਲਾਵਾ ਜਿਹੜਾ ਇਹ ਖੇਤੀ ਕਾਨੂੰਨ ਲਿਆਂਦਾ ਇਹ ਵੀ ਬਹੁਤ ਹੀ ਖਤਰਨਾਕ ਆ। ਹੁਣ ਦੇਖੋ ਇਸ ਕਾਨੂੰਨ ਤੋਂ ਬਹੁਤ ਹੀ ਲੋਕ ਪਰੇਸ਼ਾਨ ਵੀ ਆ ਔਰ ਸਾਰਿਆਂ ਨੂੰ ਦਿੱਕਤ ਵੀ ਆ ਰਹੀ ਆ, ਸੋ ਇਸ ਕਰਕੇ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਆ। ਸੋ ਆਪਾਂ ਕਿਸੇ ਨੂੰ ਧੱਕੇ ਨਾ ਕਹੀਏ ਵੀ ਤੂੰ ਰੋਟੀ ਖਾ ਲਾ, ਹੈ ਨਾ? ਤੇ ਹੁਣ ਆਪਾਂ ਜ਼ਬਰਦਸਤੀ ਰੋਟੀ ਖਿਲਾ ਰਹੇ ਹਾਂ ਕਿਸੇ ਨੂੰ, ਹੁਣ ਅਗਲਾ ਨਹੀਂ ਖਾਣੀ ਚਾਹੁੰਦਾ, ਇਹਦਾ ਮਤਲਬ ਤੁਹਾਡੀ ਨੀਅਤ 'ਚ ਖੋਟ ਹੋਊਗੀ। ਅਸੀਂ ਕਿਸੇ ਨੂੰ ਜ਼ਹਿਰ ਦੇ ਰਹੇ ਹਾਂ ਤਾਂ ਹੀ ਨਹੀਂ ਅਗਲਾ ਨਾ ਕਰ ਰਿਹਾ ਨਾ, ਫਿਰ ਹੁਣ ਸਰਕਾਰ ਜਾਂ ਧੱਕੇ ਨਾਲ ਕੋਈ ਕਿਸਾਨ ਵੀਰ ਜਿੰਨੇ ਵੀ ਇੰਨੇ ਵਿਰੋਧ ਕਰ ਰਹੇ ਆ, ਉਹਨਾਂ ਦੀਆਂ ਉਮਰਾਂ ਲੰਘ ਗਈਆਂ, ਇੰਨਾ ਸਟਰਗਲ ਕੀਤਾ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ। ਸੋ ਅੱਜ ਵੀ ਉਹ ਧਰਨੇ 'ਤੇ, ਸਾਡੀਆਂ ਮਾਵਾਂ ਭੈਣਾਂ ਮਾਤਾਵਾਂ ਕਿੰਨੇ ਧਰਨਿਆਂ 'ਤੇ ਬੈਠੇ ਨੇ, ਉਹਨਾਂ ਦਾ ਕੋਈ ਦਿਮਾਗ ਖਰਾਬ ਥੋੜ੍ਹੀ ਆ? ਜਿੱਦਾਂ ਕਿ ਕੰਗਨਾ ਰਣੌਤ ਵੱਲੋਂ ਕਿਹਾ ਗਿਆ ਕਿ ਦਿਹਾੜੀਆਂ ਦੇ ਉੱਤੇ 100-100 ਰੁਪਈਆ ਦੇ ਉੱਤੇ ਇਹ ਜੋ ਔਰਤਾਂ ਨੂੰ ਲੈ ਕੇ ਜਾਂਦੇ ਆ, ਉਹਦੇ ਬਾਰੇ ਤੁਹਾਡੀ ਕੀ ਰਾਏ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇੱਕ ਉਹ ਵੀ ਚਲੋ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਅਸੀਂ ਕੋਈ ਮਾੜਾ ਸ਼ਬਦ ਤਾਂ ਨਹੀਂ ਉਹਦੇ ਬਾਰੇ ਕਹਿਣਾ ਚਾਹੁੰਦੇ, ਬਸ ਉਹਨੂੰ ਇਹੀ ਆ ਵੀ ਥੋੜ੍ਹਾ ਸੋਚ ਸਮਝ ਕੇ ਬੋਲਣਾ ਚਾਹੀਦਾ, ਠੀਕ ਨਹੀਂ? ਕਿਉਂਕਿ ਸਾਡੀਆਂ ਮਾਵਾਂ ਨੇ ਹਰੀ ਸਿੰਘ ਨਲੂਏ ਵਰਗੇ ਜਨਮ ਦਿੱਤੇ ਆ, ਸੋ ਇਹ ਬਹੁਤ ਹੀ ਸੰਘਰਸ਼ਸ਼ੀਲ ਯੋਧੇ ਉਹਨ ਮਾਵਾਂ ਦੇ ਪੇਟਾਂ ਹੋਏ ਆ, ਹੈ ਨਾ? ਔਰ ਇਹੋ ਜਿਹੀ ਮਾਂ ਦੇ ਖਿਲਾਫ ਉਹਨੇ ਜੇ ਭੱਦੀ ਸ਼ਬਦਾਜਲੀ ਜਿਹੜੀ ਉਹਨੇ ਵਰਤੀ ਆ, ਸੋ ਉਹਨੂੰ ਨਹੀਂ ਵਰਤਣੀ ਚਾਹੀਦੀ ਸੀਗੀ, ਹੈ ਨਾ? ਸੋ ਜਿੱਦਾਂ ਕਿ ਤੁਹਾਨੂੰ ਅਸੀਂ ਇਹ ਰਾਤ ਦਾ ਜੋ ਮਾਹੌਲ ਆ, ਲੁਧਿਆਣੇ ਦੀ ਜੋ ਨੈਸ਼ਨਲ ਹਾਈਵੇ ਦਾ ਮਾਹੌਲ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਉੱਤੇ ਆਪਣੇ ਆਪਣੇ ਬੋਰਡ ਲਗਾ ਕੇ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦਾ ਜੋ ਬੋਰਡ ਲਗਾਇਆ ਹੋਇਆ ਬਲਵੀਰ ਸਿੰਘ ਰਾਜੇਵਾਲ ਜੀ ਦੀ ਅਗਵਾਈ ਦੇ ਵਿੱਚ ਜੋ ਇਹ ਜੋ ਜੱਥਾ ਜਾ ਰਿਹਾ ਆ, ਬਾਈ ਜੀ ਕੀ ਕਹਿਣਾ ਚਾਹੁੰਦੇ ਹੋ? ਰਾਜ ਕਰੇਗਾ ਖਾਲਸਾ। ਮੜ ਜੋੜ ਮੜ ਜਾ ਕਰ ਗੱਲ। ਹਾਂਜੀ ਕਰ ਗੱਲ। ਸੋ ਕਹਿਣਾ ਤਾਂ ਇਹੀ ਚਾਹੁੰਦੇ ਆ ਵੀ ਜਿੰਨਾ ਚਿਰ ਵੀ ਲੰਮਾ ਸੰਘਰਸ਼ ਚੱਲੂਗਾ ਅਸੀਂ ਜੀ ਜਾਨ ਲਾ ਕੇ ਕਰਾਂਗੇ। ਸੋ ਜਿੱਦਾਂ ਵੀ ਸਾਨੂੰ ਸਮਾਂ ਮਿਲਿਆ ਅਸੀਂ ਵੱਧ ਚੜ੍ਹ ਕੇ, ਹੋਰ ਵੀ ਪਿੱਛੋਂ ਟਰਾਲੀਆਂ ਸਾਡੀਆਂ ਰੈਡੀ ਹੋਈਆਂ ਆ, ਸਾਲ ਸਾਲ ਦਾ ਅਸੀਂ ਰਾਸ਼ਨ ਵੀ ਤਿਆਰ ਕੀਤਾ ਹੋਇਆ ਆ। ਹੁਣ ਇਸ ਟਾਈਮ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਪਿੰਨੀਆਂ ਲੈ ਕੇ ਚੱਲੇ ਆ ਬਣਾ ਕੇ, ਸੋ ਦੇਸੀ ਘਿਓ ਦੇ ਵਿੱਚ ਬਿਸਕੁਟ ਵੀ ਤਿਆਰ ਹੋ ਰਹੇ ਆ, ਉਹ ਵੀ ਪਿੱਛੇ ਟਰਾਲੀ ਦੇ ਵਿੱਚ ਆ ਰਹੇ ਆ। ਸੋ ਜਿੰਨਾ ਵੀ ਹੋ ਸਕਿਆ ਅਸੀਂ ਵੱਧ ਚੜ੍ਹ ਕੇ
ਜਿਹੜੇ ਸਾਡੇ ਵੀਰ ਕਿਸਾਨ ਧਰਨਿਆਂ ਤੇ ਬੈਠੇ ਆ ਉਹਨਾਂ ਤੱਕ ਹਰ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਧਰਨੇ ਦੇ ਵਿੱਚ ਉਹਨਾਂ ਨੂੰ। ਸੋ ਜਿੱਦਾਂ ਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਜੋ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਹਨੂੰ ਜੇ ਆਪਾਂ ਕਹੀਏ ਕਿ 5-star ਹੋਟਲ ਵਾਲੀ ਲੁੱਕ ਦਿੱਤੀ ਹੋਈ ਆ ਟਰਾਲੀਆਂ ਨੂੰ। ਬਿਲਕੁਲ ਬਿਲਕੁਲ ਜੀ ਬਿਲਕੁਲ ਜੀ। ਕੀ ਲੱਗਦਾ ਕਿ ਤੁਸੀਂ ਹੁਣ ਜਿੱਦਾਂ ਜਾ ਰਹੇ ਆ ਲੱਗਦਾ ਕਿ ਸਰਕਾਰ ਚੁੱਕੂਗੀ? ਬਿਲਕੁਲ ਜੀ ਬਿਲਕੁਲ ਚੁੱਕੂਗੀ। ਹਜੇ ਤੱਕ ਇੰਨਾ ਲੰਬਾ ਸੰਘਰਸ਼ ਹੋਣ ਦੇ ਬਾਵਜੂਦ ਜੋ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹਦਾ ਕੀ ਕਾਰਨ ਲੱਗਦਾ ਤੁਹਾਨੂੰ? ਕਾਰਨ ਗੌਰਮੈਂਟ ਦੀਆਂ ਹੜੇਚਾਂ ਆਈ ਜੀ, ਹੋਰ ਤਾਂ ਕੋਈ ਵੱਡਾ ਕਾਰਨ ਨਹੀਂ ਇਹਦੇ ਵਿੱਚ ਜੀ। ਔਰ ਜੋ ਕਿਸਾਨ ਵੀਰ ਉੱਥੇ ਪਹਿਲਾਂ ਪਹੁੰਚੇ ਹੋਏ ਆ ਉਹਨਾਂ ਨਾਲ ਬਹੁਤ ਹੀ ਜਿੱਦਾਂ ਹਰਿਆਣਾ ਗੌਰਮੈਂਟ ਵੱਲੋਂ ਵੀ ਮਾੜਾ ਵਤੀਰਾ ਕੀਤਾ ਗਿਆ ਆ ਔਰ ਪਾਣੀ ਦੀਆਂ ਬੁਸ਼ਾਰਾਂ ਵੀ ਕੀਤੀਆਂ ਗਈਆਂ, ਅਲੱਗ ਅਲੱਗ ਜਗ੍ਹਾ ਰੋਕਾਂ ਲਾਈਆਂ ਗਈਆਂ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਸਾਡਾ ਸਵਾਲ ਸਿੱਧਾ ਸਿੱਧਾ ਜਿਹੜਾ ਅਸੀਂ ਵਿਰੋਧ ਕਰਦੇ ਸੀ ਅਸੀਂ ਸੈਂਟਰ ਸਰਕਾਰ ਦਾ ਕਰਦੇ ਸੀ। ਹਾਲਾਂਕਿ ਹਰਿਆਣਾ ਸਰਕਾਰ ਦਾ ਇਹ ਹੱਕ ਨਹੀਂ ਬਣਦਾ ਸੀ ਸਾਨੂੰ ਰੋਕਣ ਦਾ, ਪਰ ਉਹਨਾਂ ਨੇ ਜਿਹੜਾ ਰੋਕਿਆ ਇਹ ਬਹੁਤ ਹੀ ਗਲਤ ਕੀਤਾ। ਸੋ ਇਹਦੀ ਵੀ ਨਿੰਦਾ ਕਰਨੀ ਚਾਹੀਦੀ ਆ। ਔਰ ਸਰਕਾਰ ਦੇਖੋ ਜੀ, ਜਿੱਥੇ ਇੱਕ BJP ਦੀ ਬਣੀ ਹੋਈ ਇਹ ਵੀ ਚੁਣੀ ਹੋਈ ਸਰਕਾਰ ਆ। ਸੋ ਇਸ ਕਰਕੇ ਆਪਣੀ ਪੱਖਵਾਦ ਕਰਨ ਦੇ ਲਈ ਉਹਨਾਂ ਨੇ ਘੱਟੋ ਘੱਟ 15-15-20 ਫੁੱਟ ਟੋਏ ਵੀ ਪਟਾਏ, ਪਰ ਜਿਹੜੀ ਕਹਿੰਦੇ ਹੁੰਦੇ ਨੇ ਵੀ ਜਦੋਂ ਦੇਸ਼ ਦੇ ਲੋਕ, ਦੇਸ਼ ਦੇ ਨੌਜਵਾਨ ਅਤੇ ਕਿਸਾਨ ਜਦੋਂ ਜਾ ਕੇ ਆਪਣਾ ਸੰਘਰਸ਼ ਸ਼ੁਰੂ ਕੀਤਾ, ਉਹਨਾਂ ਨੇ 15-15 ਫੁੱਟ ਡੂੰਘੇ ਜਿਹੜੇ ਟੋਏ ਆ ਹੱਥਾਂ ਨਾਲ ਹੀ ਪੂਰਿਆ ਹੈ। ਸੋ ਇੱਥੋਂ ਪਤਾ ਲੱਗਦਾ ਵੀ ਪੰਜਾਬੀ ਜਿਹੜੇ ਆ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਨਾਂ ਦਾ ਸਾਹਮਣਾ ਕਰਨਾ ਜਾਣਦੇ ਆ। ਸੋ ਆਉਣ ਵਾਲੇ ਸਮੇਂ ਵਿੱਚ ਵੀ ਪੂਰੀਆਂ ਉਮੀਦਾਂ ਨੇ ਕਿ ਪੰਜਾਬ ਵੀ ਇਹ ਸੰਘਰਸ਼ ਜਿੱਤ ਕੇ ਹੀ ਮੁੜੇਗਾ। ਅੱਜ ਤੱਕ ਇਤਿਹਾਸ ਗਵਾਹ ਰਿਹਾ ਆ, ਪੰਜਾਬੀ ਲੋਕ ਅੱਜ ਤੱਕ ਕਦੇ ਕੋਈ ਵੀ ਜੰਗ ਹਾਰੇ ਨਹੀਂ ਹੈਗੇ। ਸੋ ਇਹ ਵੀ ਮੋਰਚੇ ਫਤਿਹ ਕਰਕੇ ਆਉਣਗੇ, ਵਾਹਿਗੁਰੂ ਦੀ ਕਿਰਪਾ ਰਹੀ ਤਾਂ ਹਰ ਮੈਦਾਨ ਫਤਿਹ ਹੀ ਹੋਊਗੀ ਜੀ। ਸੋ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਹ ਰਾਤ ਦਾ ਮਾਹੌਲ ਆ, ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਕਿਸਾਨ ਵੀਰ ਅੱਜ ਜਾ ਰਹੇ ਆ ਤੁਸੀਂ ਦੇਖ ਸਕਦੇ ਕਿ ਉਹਨਾਂ ਨੇ ਪੂਰਾ ਬੰਦੋਬਸਤ ਕੀਤਾ ਹੋਇਆ। ਰਾਸ਼ਨ ਤੁਸੀਂ ਦੇਖ ਸਕਦੇ ਕਿ ਸਾਹਮਣੇ ਪਿਆ ਆ, ਔਰ ਪੂਰਾ ਆਪਣਾ ਰਾਸ਼ਨ ਦਾ ਬੰਦੋਬਸਤ ਕਰਕੇ ਇਹ ਜੋ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ। ਸੋ ਇਸੇ ਤਰ੍ਹਾਂ ਤੁਸੀਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਦਿਓ ਇਜਾਜ਼ਤ, ਧੰਨਵਾਦ।